ਹੋਰ ਤਿਆਰ ਕਰਕੇ ਹੀ ਲਾਉਣੀ ਆਪਾਂ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਹੀਰਾ 855 'ਤੇ। ਅਤੇ ਬਾਕੀ ਬਈ ਸਵੇਰ ਦੇ ਲੱਗੇ ਹੁਣ ਬੂਟੇ ਲਾਉਣ, ਅਤੇ ਰਾਤ ਇੱਕ ਦੋ ਦਵਾਈ ਲਿਆਂਦੀ ਸੀ ਜਿਹੜੀ ਲਾਉਣੀ ਸੀ ਆਪਾਂ ਨੇ, ਕੱਲ੍ਹ ਲੈ ਆਇਆ ਤਾਂ ਮੈਂ ਨਾ ਪਰਸੋਂ ਸ਼ਾਮ ਨੂੰ ਲੈ ਆਇਆ ਤਾਂ, ਅਤੇ ਇੱਕ ਤਾਂ ਰਾਤ ਵਜੇ ਉੱਤੇ ਤੇ ਆਪਾਂ ਨੇ ਅਤੇ ਇੱਕ ਲੈਣ, ਬਾਕੀ ਹੁਣ 15-15-20 ਮਿੰਟ ਡੁਬੋ ਕੇ ਦਵਾਈ 'ਚ ਅਤੇ ਲੈ ਜਾਂਦੇ ਬੂਟੇ। ਆ ਦੇਖੋ ਬਾਈ ਪੱਤੇ ਹੀ ਪੱਤਾ ਨਿਕਲਿਆ ਪਿਆ ਸਾਰੀਆਂ ਛਿੱਟੀਆਂ ਨੂੰ, ਅਤੇ ਦੁਸ਼ੰਕਰ ਮੈਂ ਲੱਗੇ ਹੋਏ ਪਾਉਣ। ਹੁਣ ਫਿਰ ਦਵਾਈ ਵੀ ਕਰਨੀ ਹੈ ਇਹਦੇ 'ਚ, ਬਾਕੀ ਆਪਣੀ ਚਿੱਟੀ 11 ਨੰਬਰ, ਉਹ 12 ਉੱਧਰ, ਉਹ 13 ਪਈ ਆ, ਅਤੇ ਪਹਿਲਾਂ 12 ਨੰਬਰ ਲਾਉਣ ਲੱਗੇ ਪਏ ਜਿਹੜੀ ਫਿਰ ਘੱਟ ਗਈ, ਫਿਰ ਉਹ ਹਿਸਾਬ ਨਾਲ ਆਪਾਂ 13 ਲਾ ਦਾਂਗੇ ਇੱਕ ਸਾਈਡ, ਅਤੇ ਆਹ 11 ਤਾਂ ਉਹ ਲਾਈਨ 'ਚ ਲਾਉਣੀ ਆਪਾਂ ਨੇ ਉਹ ਸਾਈਡ ਵਾਲੀ 'ਚ। ਅਤੇ ਬਾਕੀ ਬਈ ਦੇਖਦੇ ਕਿੰਨੇ ਕੁ ਬੂਟੇ ਬਚਦੇ ਆ, ਹੈ ਨਾ, ਫਿਰ ਉਹ ਹਿਸਾਬ ਨਾਲ ਆਪਾਂ ਲਾ ਦਾਂਗੇ। ਉਹ ਲੈ ਗਿਆ ਨਹੀਂ ਪ੍ਰਧਾਨ, ਪ੍ਰਧਾਨ ਬੰਦੇ ਨਹੀਂ ਮਿਲੇ ਹੈਗੇ ਕਾਹਤੇ, ਬੰਦੇ ਪਤਾ ਨਹੀਂ ਜਿਹੜੇ ਬੰਦੇ ਉਹਨੇ ਕਿਹਾ ਪਿਆ ਉਹਨਾਂ ਨੂੰ ਕੰਮ ਕੰਮ ਆਉਣਾ, ਤੁਸੀਂ ਆ ਕਿਸੇ ਦੇ ਲੱਗੇ ਰਗਾਏ ਕੱਢ ਲਿਆ ਏ। ਹੋਰ ਇਹ ਤਿਆਰ ਕਰਕੇ ਹੀ ਲਾਉਣੀ ਆਪਾਂ ਨੇ, ਸਬੀਆਂ ਵੀ ਹੋਣੀਆਂ ਨਾ ਪਿਓ ਇਹ ਬਈ ਤੇਲ ਵੱਡ ਪਈਆਂ ਵੀ, ਤੇ 2 ਮਹੀਨੇ ਹੋ ਚੱਲੇ, 2 ਮਹੀਨੇ ਹੋ ਗਏ ਪਈਆਂ ਨੂੰ। ਪ੍ਰਧਾਨ ਉਧਰ ਜਿਆਦਾ ਹੀ ਕਾਲਾ ਤਾਂ ਮੁੜ ਕੇ ਆਏ ਨਹੀਂ ਹੈਗਾ, ਮੁੜ ਕੇ ਆਏ ਨਹੀਂ, ਮੈਂ ਤਾਂ ਮਸ਼ੀਨ ਵਿੱਚ ਦਵਾਂ ਵਿਹਲੀ ਕਰਤੀ ਸੀ, ਨਹੀਂ ਉਹਨੂੰ ਬੰਦੇ ਨਹੀਂ ਮਿਲੇ ਹੈਗੇ। ਆਹੋ 2 ਬੰਦਿਆਂ ਬਿਨਾਂ ਬੰਦੇ ਬੁੰਦੇ ਗੱਲ ਉਹਦੀ ਆੜੀ ਆ ਉਹ ਮਿਲੇ ਨਹੀਂ ਹੈਗੇ। ਅੱਛਾ ਮਾ ਲਾ ਦੀ ਅੱਜ ਫਿਰ ਹੈਂ, ਤਵਾਈ ਹੋਣੀ ਹੈ, ਤਵਾਈ ਤਾਂ ਕੁਛ ਨਹੀਂ ਪਰ ਇਹ ਪਾ ਦਵਾਂ, ਹੁਣ ਮੈਂ ਰੇਹ ਚੱਕ ਲਿਆ ਮੈਨੇ ਲਾ ਦੇਣੀ ਇਹਨੂੰ ਪਾ, ਹੈਂ ਸੁਫਰ ਸੁਫਰ ਪਾਉਣਾ, ਬਾਕੀ ਫਿਰ ਇੱਕ ਦਵਾਈ 'ਚ ਭਜੋ ਕੇ ਲਾਈਆਂ ਨਾ ਇਹ, ਹੈਂ ਸਾਰਾ ਮਾਲ ਹੋਰ 400 ਟੋਆ ਹੋ ਗਿਆ ਉਦਣ, ਇੱਧਰ ਵੀ ਆ ਆਹ ਲੈਣ ਰਹਿੰਦੀ ਆ ਜੀ, ਇੱਧਰ ਲੈਣ ਰਹਿੰਦੀ ਇੱਕ, ਇਹਦਾ ਬਰਮੇ ਨੇ ਮੌਜ ਕਰਤੀ ਨਹੀਂ ਤਾਂ 100 ਟੋਆ ਨਹੀਂ ਨਿਕਲਦਾ। ਨਾ ਨਾ ਫੇਰ ਕਿੱਥੇ ਜੇ 400 ਲੱਕੜੀ ਕਿਲੇ ਜਾਵੇਗਾ 300 ਹੀ ਲਾ ਦੇ, ਆਏ ਦੇਖ ਲੈ ਵੀ ਉਹੀ 3 'ਚ 3,000-3,500 ਰੁਪਏ ਦਾ ਕੰਮ ਹੋ ਜਾਂਦਾ, 2 ਬੰਦੇ ਜੇ ਕਰੇ ਹਾਂ ਕੁਛ ਵੀ ਨਹੀਂ ਲੱਗਿਆ ਸਾਨੂੰ ਯਾਰ, ਅਸੀਂ ਜੇ ਲਗਾਤਾਰ ਲੱਗੇ ਰਹੇ 3 ਘੰਟੇ ਲੱਗਦੇ ਯਾਰ, ਆਪਣੇ ਤਾਂ ਬੰਦਾ ਲਾ ਸਕਦਾ ਹਾਂ, ਕਿਰਾਏ ਕਿਰੂਏ ਪਤਾ ਚੱਲ ਕਿਆ ਲੱਗਣੇ, ਆਪਣੇ ਲਾ ਸਕਦਾ, ਆਪਣੇ ਤਾਂ ਸਭ ਤੋਂ ਵਧੀਆ ਕੰਮ ਆ, ਰੇੜੇ ਪਰ ਲਿਆਏ ਲੱਦ ਕੇ। ਹੋਰ ਫਿਰ ਇੰਨੀ ਆਉਣੀ ਨਹੀਂ ਤੀ, ਇੰਨੀ ਖੜੀਆਂ ਤੁਵੇਂ ਆ ਗਏ, ਬਾਕੀ ਹੁਣ ਲਾ ਦੇਣੀ ਇਹਨੂੰ, ਪਾਣੀ ਦੀ ਘਾਟ ਆ ਬਸ, ਹੁਣ ਪਾਣੀ ਪੂਰਾ ਰੱਖਣਾ ਪੈਣਾ ਇਹਨਾਂ ਦਾ, ਸੰਭਾਲ ਜ਼ਿਆਦਾ ਮੰਗਣੀਆਂ ਨੇ, ਮੀਂਹ ਵੇਲਾ ਪਾਣੀ ਲਾਉਣਾ ਮੈਨੂੰ, 2 ਦਿਨ ਨਾ 1 ਦਿਨ ਛੱਡ ਕੇ ਹਾਂ, ਫਿਰ ਨਾ 1 ਹੁਣ ਮੈਂ ਪਾਣੀ ਲਾ ਦੇਣਾ, ਉਹਦੇ ਬਾਅਦ ਡੱਬਿਆਂ ਨਾਲ ਪਾਈ ਜਾਣਾ, ਬਰੀਕ ਛਿੱਟੀ ਲਿਆਂਦੀ ਸੀ ਨਾ ਜ਼ਿਆਦਾ ਉਹਦੇ ਕਰਕੇ, ਲੈ ਜੀ ਪਾਣੀ ਤਾਂ ਲੱਗਿਆ ਨੀ ਹੈ ਸ਼ੰਕਰ, ਮੈਂ ਪਾਣੀ ਤਾਂ ਲੱਗਿਆ ਨੀ, ਹੁਣ ਸ਼ੰਗਾਈ ਸ਼ੁਰੂ ਹੋ ਗਿਆ, ਬਾਕੀ ਆਰੀ ਬਣਾ ਲਿਆਂਦੀ, ਉਹ ਦੂਈ ਤਾਂ ਖਰਾਬ ਏ ਤੀ, ਆਹ ਘਰਾਂ ਪਈਆਂ ਦੀਆਂ 2, ਉਹਦੇ ਵੀ ਦੰਦੇ ਲਵਾ ਲਏ, ਇਹਦੇ ਵੀ ਇਹ ਡੰਡਾ ਵੀ ਪਵਾ ਲਿਆਂਦਾ,
ਦੇਖ ਹੁਣ ਲਾਈਨਾਂ ਫੜ ਲੈਣ ਆਪਾਂ ਨੇ, ਆਹ ਦੋ ਲਾਈਨਾਂ ਤਿੰਨ ਹੋ ਗਿਆ ਆਪਣਾ, ਜਿਹੜਾ ਕਿਤੇ ਕਿਤੇ ਬੂਟਾ ਹੈਗਾ ਨਾ ਕਿਹਨੂੰ, ਨਹੀਂ ਨਹੀਂ ਜਿਹੜਾ ਆ ਦੇਖ, ਔਰ ਇਹਨੂੰ ਜਿਵੇਂ ਆਹ ਨਹੀਂ ਗੱਠ ਬਣਿਆ ਵਿਆ ਤੇ ਉਰੇ ਜੋੜ ਪੈ ਗਿਆ ਇਹਦੇ, ਹੁਣ ਆਹ ਦੋ ਮੂੰਹ ਬਣ ਗਏ ਇਹਦਾ, ਇੱਕ ਮੂੰਹ ਆਹ ਵੱਢਣਾ ਪੈਣਾ, ਆਹ ਦੋਨੇ ਵੱਢਦੇ ਡੰਡੇ ਸਿੱਧਾ ਜਾਊ ਫਿਰ ਉੱਪਰ ਤਾਂ ਐਨ ਸਿੱਧਾ ਹੈ ਜਿਹੜਾ ਆਹ ਬੂਟ ਆਹ ਟਾਹਣੀ ਇਹ ਨਹੀਂ ਛੰਗਣਾ ਆਪਾਂ ਨੇ ਕੋਈ ਵੀ, ਇਹ ਅਗਲੇ ਸਾਲ ਛੰਗਾਂਗੇ। ਅਤੇ ਇੱਧਰ ਬਾਈ 10 ਨੰਬਰ ਛਿੱਟੀ ਆ ਅਤੇ ਇਹ ਬਹੁਤ ਸੋਹਣੀ ਚੱਲੀ ਵੀ ਆ, ਅਤੇ ਉਹ 9 ਨੰਬਰ ਥੋੜ੍ਹੀ ਤੰਗ ਕਰਦੀ ਆ, ਉਹਦੇ ਜੋਗਾ ਮਸਾਲਾ ਮਸੂਲਾ ਲੈ ਆਉਂਦਾ। ਅਤੇ ਹਾਰੀ ਤਿੱਖੀ ਆ ਠੀਕ ਹੈ ਦੱਸਦਾ, ਲਿਆ ਤੈਨੂੰ ਮੈਂ ਵੱਢ ਕੇ ਦਿਖਾਵਾਂ ਠੀਕ ਹੈ, ਪਿੱਛੇ ਕਦੇ ਨਹੀਂ ਮੋੜਦਾ ਹਾਰੀ, ਤੇਰਾ ਹੱਥ ਵੀ ਨਹੀਂ ਛੋਟਾ ਜਿਹਾ, ਚੱਲ ਐਂ ਵੱਢ ਲਾ, ਬਾਕੀ ਇੱਥੇ ਤੱਕ ਜਿਸ ਤੱਕ ਹੱਥ ਜਾਂਦਾ ਯਾਰੀ ਨਾਲ ਵੱਢੀ ਜਾਂਦਾ, ਬਾਕੀ ਇੱਧਰ ਡੰਡਾ ਹੈਗਾ। ਅਤੇ ਹੁਣ ਪਰਚੀ ਬਾਈ 2-4 ਦਿਨਾਂ 'ਚ ਆ ਜਾਣੀ, ਉੱਧਰ ਛੁੱਟੀ ਛੁੱਟੀ ਪਾਤੀ ਤੁਹਾਨੂੰ ਦਿਖਾਉਂਦੇ ਬਾਕੀ ਇੱਧਰ ਜਾ ਕੇ। ਹੁਣ ਆਹ ਬੂਟੇ ਠੀਕ ਆ ਸਾਰੀ ਲਾਈਨਾਂ, ਅਤੇ ਹੁਣ ਉਹ ਅਗਲੀ ਲਾਈਨ 'ਚ ਸ਼ੁਰੂ ਕਰਦੇ ਹਾਂ ਆਪਾਂ। ਹੁਣ ਆਹ ਲੈ ਇਹਨੂੰ ਤੁਰਪਾ ਤੂੰ, ਇਹ 'ਚ ਧਿਆਨ ਰੱਖੀ ਠੀਕ ਆ, ਜਿੱਥੇ ਵੀ ਹੈਗਾ ਵੱਢਦੀ ਹੈ ਫਿਰ। ਆਹ ਲੈ ਇਹਨਾਂ ਨਿਗਾਹ ਮਾਰਦੇ ਹਾਂ, ਗੰਨਾ ਬਈ 200 ਪਲੱਸ ਏ ਹਜੇ ਖੜ੍ਹਾ ਆਪਣਾ, ਕਿਉਂਕਿ ਉਹ ਸਾਈਡ ਸਾਰੀ ਖੜ੍ਹੀ ਆ, ਆਹ ਸਾਈਡ ਖੜ੍ਹੀ ਆ, ਅਤੇ ਦੇਖਦੇ ਹਾਂ ਹੁਣ ਕਿੱਦਣ ਆਉਂਦੀ ਪਰਚੀ। ਬਾਕੀ ਹੁਣ ਕਰਦੇ ਹਾਂ ਆਪਾਂ ਛੰਗਾਈ, ਉਹ ਸਾਈਡ ਸਾਰੀ ਹੋ ਗਈ, ਬਾਕੀ ਉੱਪਰ ਉੱਪਰ ਤੱਕ ਹੈ ਨਾ ਕਰਤੇ, ਥੱਲੇ ਤਾਂ ਨਹੀਂ ਆਪਾਂ ਨੇ ਛੰਗਣ, ਛੰਗ ਛੰਗਾਈ ਅਗਲੇ ਸਾਲ ਕਰਨੀ, ਕਿਉਂਕਿ ਆਪਾਂ ਨੇ ਕਿਹੜੇ ਹੁਣ ਵਾਹੁਣਾ ਬੀਜਣਾ ਹੈ, ਗੜਾਈ ਉਹ ਕਰਾਉਣੀ ਆ। ਅਤੇ ਹੁਣ ਆਹ ਵਿੱਚ ਰਹਿ ਗਈਆਂ ਲਾਈਨਾਂ ਇੱਕ ਦੋ ਜਿਹੜੀਆਂ ਹੈਗੀਆਂ, ਇਹਦੇ ਵਿੱਚ ਤਾਂ ਕੋਈ ਕੋਈ ਉਹ ਹੈਗਾ 10 ਨੰਬਰ 'ਚ ਥੋੜ੍ਹੇ ਜ਼ਿਆਦਾ ਦੇ ਦਫਾਂਗੜ ਜੇ, ਉਹ ਆਪਾਂ ਨੇ ਕਰਤੇ ਲੋਟ। ਬਾਕੀ ਸ਼ੰਕਰ ਚਲੇ ਗਿਆ, ਹੁਣ ਆਪਾਂ ਵੀ ਚੱਲਦੇ ਹਾਂ, ਅਤੇ ਪਿੰਡ ਪਾਠ ਰੱਖਿਆ ਹੋਇਆ 10ਵੀਂ ਦਾ, ਅਤੇ ਉਹਦੇ ਕਰਕੇ ਉੱਥੇ ਵੀ ਜਾਣਾ ਆਪਾਂ ਨੇ। ਆਹ ਲਾਤੇ 10 ਸਿਟੀ ਲਾਈ ਆਪਾਂ ਨੇ, ਅਤੇ ਇਹ 'ਚ ਲੱਗੀ ਆਪਣੀ 13 ਨੰਬਰ ਇੱਧਰ ਲੱਗੀ ਆ, 12 ਨੰਬਰ ਉਹ ਪਰਲੀ ਸਾਈਡ ਲਾਈ ਆ, ਆਹ ਗੁਲਾਬੀ ਵਾਲੀ 13 ਨੰਬਰ ਆ, ਇਹਦੇ ਪਰ ਰੰਗ ਲੱਗਿਆ ਵਾ ਦੇਖੋ, ਹਰੀ 12 ਏ, ਉਹ ਚਿੱਟੀ ਪਰ 11 ਸਾਰੇ 'ਚ। ਆਹ ਲੈਨ 13 ਦੀ ਆ ਆਹ ਸਾਈਡ ਪਰ, ਅਤੇ ਪਾਣੀ ਛੱਡਤਾ ਤਾਂ ਆਪਾਂ ਨੇ, ਲਾਈਟ ਭੱਜ ਗਈ, ਹੁਣ ਦੇਖਦੇ ਹਾਂ ਕੱਲ੍ਹ ਪਰ ਚਲੇਗੀ ਗੱਲ, ਕੱਲ੍ਹ ਨੂੰ ਫਿਰ ਸ਼ੰਕਰ ਨੂੰ ਰੱਖ ਕੇ ਨਾਲ ਜਿਹੜੇ ਬੂਟਿਆਂ 'ਚ ਆਪਾਂ ਨੇ ਸਮਾਨ ਮੰਗਵਾਇਆ ਬਾਈ 'ਤੇ ਉਹ ਪਾਉਣਾ ਹੈ, ਅਤੇ ਨਾਲ ਨਾਲ ਆਪਾਂ ਨੇ ਸਾਫ਼ ਕਰੀ ਜਾਣਾ, ਫਿਰ ਖੰਡਾ ਕੇ ਮਾੜੀ ਮਾੜੀ ਕਟਾਈ ਕਰ ਦਾਂਗੇ, ਨਾਲੇ ਗੰਨੇ ਦੀ ਤਾਂ ਬਾਅਦ 'ਚੋਂ ਕਰਾਉਣੀ ਉਹ ਕਟਾਈ ਸਾਰਾ ਵਢਾ ਕੇ, ਅਤੇ ਨਾਲ ਦੀ ਨਾਲ ਕਰ ਦਾਂਗੇ ਉਹ ਸਾਈਡ ਸਾਰੇ ਬੂਟੇ, ਆਪਾਂ ਨੇ ਕੱਲ੍ਹ ਸਾਫ਼ ਕਰਕੇ ਇਹ ਕੰਮ ਨਿਬੇੜਨਾ। ਹੁਣ ਕੱਲ੍ਹ ਪਰ ਚਲੇ ਗਈ ਹੁਣ ਗੱਲ, ਅਤੇ ਬਾਕੀ ਬਾਈ ਦੌੜਾਂ ਵੀ ਆ, ਮਸਤ ਬਾਬੇ ਦੇ ਪਾਠ ਰੱਖਿਆ ਵਾ, ਲੜੀ ਚੱਲਦੀ ਆ ਉੱਥੇ ਵੀ ਸ਼ਾਮ ਨੂੰ ਦੇਖਦੇ ਜੇ ਟਾਈਮ ਲੱਗਿਆ ਜਾ ਕੇ ਆਉਂਦੇ ਹਾਂ। ਬਾਕੀ ਆਹ ਰਸਤਾ ਰੱਖਦਾ ਤਾਂ ਆਪਾਂ ਨੇ, ਇਹ ਖਲ ਪਾਤੇ ਤੀ ਇੱਧਰ ਪਾਣੀ ਭਰਨੇ ਨੂੰ, ਬਾਕੀ ਉਹ ਸਾਈਡ ਸਾਰਾ ਉੱਥੇ ਗੱਬੇ 'ਤੇ ਐਂ ਪਾਤੀ, ਆਹ ਰਸਤਾ ਰੱਖ ਲਿਆ ਗੱਬੇ, ਫਿਰ ਸੁੱਕਾ ਰਹੂੰਗਾ, ਨਹੀਂ ਤਾਂ ਗਿੱਲਾ ਹੋ ਗਿਆ ਪਰਸੋਂ ਤੱਕ ਪਰਚੀ ਆਉਣੀ ਫਿਰ ਔਖਾ ਹੋ ਜਾਣਾ। ਅਤੇ ਸਰੋਂ ਨੂੰ ਵੀ ਪਾਣੀ ਲਾ ਦੇਣਾ ਆਪਾਂ ਨੇ ਹੁਣ, ਬੂਟਿਆਂ ਨੂੰ ਸਾਰਿਆਂ ਨੂੰ ਇਹਨੂੰ ਲਾਇਆ ਨਹੀਂ ਤਾਂ, ਇਹਨੂੰ ਵੀ ਲਾਉਣਾ, ਸਰੋਂ ਵੀ ਬਾਈ ਪੂਰੀ ਵਧੀਆ ਹੋ ਗਈ ਤੀ ਆਪਣੀ। ਬਾਕੀ ਹੁਣ ਚੱਲਦੇ ਹਾਂ ਘਰ ਨੂੰ, ਹੀਰੇ ਨੂੰ ਵੀ ਦੇਖਦੇ ਹਾਂ, ਦਾਣਾ ਪਾਣੀ ਪਾਉਂਦੇ ਹਾਂ, ਅਤੇ ਦਾਣਾ ਵੀ ਲਿਆਉਣਾ, ਉਹਦਾ ਦਾਣਾ ਵੀ ਖਤਮ ਹੋਇਆ ਪਤਾ,
ਉਹਦੇ ਵਾਸਤੇ ਵੀ ਲੈ ਕੇ ਆਉਣਾ ਪੈਣਾ। ਬਾਕੀ ਆਪਣੀ ਮੋਟਰ ਬਾਈ ਬੰਦੇ ਆ ਗਏ, ਅੱਜ ਪਹੁੰਚ ਗਈ ਸਾਰੀ ਟੀਮ। ਅਤੇ ਬਾਕੀ ਅੱਜ ਦਾ ਵਲੌਗ ਜੀ ਇੰਨਾ ਗਿਆ, ਮਿਲਦੇ ਕਿਸੇ ਹੋਰ ਵਲੌਗ 'ਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਫਿਰ ਕਾਰਾ ਕਰਤਾ ਕਹਿੰਦੇ ਹੀ ਫਿਰ ਆਪਾਂ ਕਰੀ ਗਏ ਜੇ ਦੁਬਾਰੇ ਆਹ ਵੀ ਸਾਰਾ ਪੜਤਾ ਆਉਂਦਾ। ਹਾਂ ਤੂੰ ਜ਼ਿਆਦਾ ਇਲਤਾ ਕਰਨ ਲੱਗ ਗਿਆ ਹੁਣ। ਬਾਕੀ ਇਹਦੇ ਵਾਲਾਂ ਵੂਲਾਂ ਦੀ ਸਫਾਈ ਕਰ ਦਿਓ ਆਪਾਂ ਨੇ, ਵਾਲ ਬੋਲ ਜੇ ਹੁਣ ਤਾਂ ਥੋੜ੍ਹੇ ਬਹੁਤ ਹੀ ਰਹਿ ਗਏ ਖੜ ਜਾਣਾ। ਅਤੇ ਆਹ ਵੀ ਵਾਲ ਆਉਣ ਲੱਗ ਗਏ ਪੂਛ ਦੇ ਹੁਣ, ਉੱਥੇ ਆਪਾਂ ਨੇ ਪਿੰਜਰਾ ਚੱਕਤਾ। ਹਟ ਜਾ ਹਟ ਜਾ ਹਟ ਜਾ ਚੌੜਾ ਕਰਦਾ, ਹਟ ਜਾ ਚੱਲ ਸਾਈਡ ਹੋ, ਚੱਲ 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 ਉੱਧਰ ਹਟ ਹਟ ਉੱਧਰ ਸੱਟ ਮਾਰਨੀ ਨਹੀਂ ਕਰਦਾ। ਬਾਕੀ ਉੱਧਰ ਲਾਉਂਦੇ ਛੱਪੜ ਜੇ ਇਹਨੇ ਢਾਏ ਦਿੱਤਾ ਤਾ। ਬਾਕੀ ਹੁਣ ਰਾਤ ਨੂੰ ਉੱਥੇ ਬੰਦ ਨੇ ਮੱਛਰ, ਤੇ ਫਿਰ ਵੀ ਮੱਛਰ ਹੋਣ ਲੱਗ ਗਿਆ ਮਾੜਾ ਮਾੜਾ। ਅਜੇ ਵੀ ਉੱਧਰ ਹੀ ਚੱਲਦਾ ਬੰਨੇ, ਉੱਧਰ ਹੀ ਕਰਨਾ ਉੱਧਰ ਆਏ ਆ ਫਿਰ ਟੀਕੇ ਆ ਜਾਂਦਾ ਉਰੇ, ਤੇ ਰਾਤ ਨੂੰ ਬੰਨ ਦਿੰਦੇ ਅਜੇ ਸੰਗਲ ਖਿਲਾ ਕੇ, ਉਹ ਉੱਥੇ ਲੱਤਾਂ ਚਲਾਉਂਦਾ ਫਿਰ ਪਿੱਛੇ। ਜੇ ਪਛਾੜੀ ਲਾਉਂਦੇ ਆ ਤਾਂ ਸੰਗਲ ਖਿਲਾ ਕੇ ਚੱਲ ਜਾਂਦੇ, ਪਰ ਉਰੇ ਨਹੀਂ ਛੱਡਦਾ ਸੰਗਲ ਜਮਾ। ਬਾਕੀ ਹੁਣ ਸਰੀਰ ਤਾਂ ਬਾਈ ਹਜੇ ਪੂਰਾ ਭਰ ਨਹੀਂ ਰਿਹਾ, ਹੁਣ ਬਾਕੀ ਵੀਰ ਨੇ ਇੱਕ ਨੂੰ ਆਪਾਂ ਨੇ ਪੁੱਛਣਾ ਡਾਈਟ ਡੂਟ, ਹੁਣ ਇੱਕ ਅੱਧਾ ਦਿਨ ਚਾਹੀਦਾ ਮਸਾਲਾ ਮਸੂਲਾ ਤਿਆਰ ਕਰਾ ਦੇਣਾ ਇਹਦੇ, ਪਰ ਬੜੀ ਕੇਅਰ ਕਰਨੀ ਇਹਦੀ ਪੂਰੀ, ਅਤੇ ਟਾਈਮ ਨਹੀਂ ਲੱਗਦਾ। ਮੈਂ ਕਿਹਾ ਪਹਿਲਾਂ ਉੱਧਰ ਕੰਮ ਨਿਬੇੜਦੀ ਹੈ, ਉਹਦੇ ਕਰਕੇ ਫਿਰ ਇਹਨਾਂ ਦਿੰਦੇ ਹਾਂ ਮਸਾਲੇ ਮਸੂਲੇ ਜੇ। ਮਸਾਲਾ ਖਾਧਾ ਤਾਂ ਹੈ ਨਹੀਂ ਇਹਨੇ ਕਦੇ, ਪਰ ਹੁਣ ਹਿਲਾਉਣਾ ਦੰਦੀ ਵਾਲੀ ਆਦਤ ਨਹੀਂ ਚਾਹੀਦੀ, ਦੰਦੀ ਤਾਂ ਇੰਨੀ ਵੜਦਾ ਹੈ ਨਾ। ਹਟ ਜਾ ਹੀ ਰੇ, ਬਾਕੀ ਕੰਨ ਕੁੰਨ ਇਹਦੇ ਸਾਫ਼ ਕਰਤੇ ਅਤੇ ਉੱਦਣ ਘਰ ਸਾਡਾ ਨਾ, ਅਤੇ ਹੁਣ ਇੱਕ ਵਾਰੀ ਫੇਰ ਕਰ ਦਾਂਗੇ ਥੋੜ੍ਹੇ ਥੋੜ੍ਹੇ ਆ ਗਏ ਵਾਲ ਵਿੱਚ, ਅਤੇ ਹੁਣ ਕੱਲ੍ਹ ਨੂੰ ਗੇੜਾ ਵੀ ਦੇ ਕੇ ਆਉਂਗਾ। ਬਾਕੀ ਹੁਣ ਬੰਦੇ ਹਨ ਉੱਧਰ ਹੀਰੇ, ਦੰਦੀ ਤੂੰ ਇੰਨੀ ਜ਼ਿਆਦਾ ਵੱਢਣ ਲੱਗ ਗਿਆ, ਇੱਕ ਛੱਪੜ ਕਰਕੇ ਹੁਣ ਖੜਦਾ ਨਹੀਂ ਹੈਗਾ ਉਰੇ, ਵੀ ਸੱਟ ਮਾਰਨ ਦਾ ਡਰ ਹੈ, ਲੱਤ ਮਾਰਨ ਲੱਗ ਜਾਂਦੇ ਇਹਦਾ ਖੜਾ ਹੋ ਜਾਂਦਾ। ਬਾਕੀ ਹੁਣ ਬੰਦੇ ਹਨ ਤਾਂ ਖਾਵਾਂਗੇ ਬਾਕੀ ਬਾਈ ਖੇਡਦੇ ਹੁਣ।